ਅੱਜ ਅਸੀਂ ਆਏ ਆ ਆਪਣੇ ਜਾਮਨੂੰ ਖਾਣ। ਇਹ ਸਾਡੇ ਜਾਮਨੂੰ ਤੇ ਵੇਖੋ ਤੇ ਅਲੀ ਹੋਰ ਟੀਮਾਂ ਮਾਰ ਕੇ ਜਾਮਨੂੰ ਲਾਉਂਦੇ ਪਏ ਨੇ। ਜਦੋਂ ਮੇਰੇ ਸਿਰ ਦੇ ਵਿੱਚ ਨਾ ਮਾਰਿਓ, ਚਲ ਫੜੋ ਤੁਸੀਂ, ਮੈਂ ਮਾਰਨ ਦੇ ਵਿੱਚੋਂ ਨਹੀਂ ਬੱਚਾ ਲੰਗਦਾ। ਇੱਕ ਮੈਂ ਤੇ ਇੱਕ ਲਿਆ ਮੈਂ ਫੜੂੰ, ਚੈੱਕ ਕਰਨੇ ਆ ਆਪਣੇ ਜਾਮਨੂੰਆਂ ਦਾ ਜਿਹੜਾ ਇਸ ਸੀਜ਼ਨ ਦਾ ਪਹਿਲਾ ਜਾਮਨੂੰ। ਜ਼ੁਬੈਰ ਚੜ ਗਿਆ ਜਾਮਨੂੰ ਦੇ ਉੱਤੇ, ਤੂੰ ਸਾਨੂੰ ਲਾ ਕੇ ਦੇਗਾ। ਤੇ ਇੱਧਰ ਨਵਾਂ ਫਨ ਅਲੀ ਬਹਿਣ ਲੱਗਾ ਬਲਾਲ ਦੇ ਮੁੰਡਿਆਂ ਦੇ। ਮੇਰਾ ਜੰਪ ਬੜਾ ਹੈ। ਨਹੀਂ ਬਹਿ ਤੂੰ, ਬਹਿ ਤੂੰ, ਬਹਿ ਲਾਓ ਜੀ। ਇਹ ਨੇੜੇ ਨੇੜੇ ਜਾਮਨੂੰ ਨੇ ਤੇ ਅਲੀ ਨੇ ਜਾਮਨੂੰ ਵਾਹਵਾ। ਇੱਧਰ ਹਾਨੀਆ ਬੇਟਾ ਵੀ ਆ ਗਿਆ, ਇੱਧਰ ਅਰਫਾ ਬੇਟਾ ਵੀ। ਹਾਨੀਆ ਕੀ ਲੈਣ ਆਈ ਦੀ ਹੈ? ਜਾਮਨੂੰ ਕਨ ਹੈ ਡਾਲੀ ਨੂੰ ਹੱਥ ਪਾ ਲੈਂਦੇ ਜਨਰਲ ਤੇ ਤਾਂ ਨਹੀਂ ਆ। ਇੱਥੇ ਭਾਜੀ ਪੂਰੀ ਸਰਕਸ ਬਣ ਗਈ ਹੈ। ਤੇ ਇੱਧਰ ਸਾਡੀ ਨਹਿਰ, ਨਾਲ ਨਹਿਰ 'ਚ ਪਾਣੀ ਵੀ ਬੜਾ। ਆ ਪਿਛਲੇ ਵਲੋਗ 'ਚ ਤੁਸੀਂ ਵੇਖਿਆ ਹੋਣਾ ਇਸ ਨਹਿਰ 'ਚੋਂ ਅਸੀਂ ਫੜੀਆਂ ਸਨ ਮੱਛੀਆਂ। ਤੇ ਜ਼ੁਬੈਰ ਵੱਲ ਵੇਖਣਾ, ਜ਼ੁਬੈਰ ਕੀ ਕਰ ਰਿਹਾ? ਜ਼ੁਬੈਰ ਕਿੱਥੇ ਜੀ ਪਹੁੰਚੇ ਆ? ਓ ਜ਼ੁਬੈਰ ਉੱਤੇ ਗਿਆ, ਉਹ ਲੱਭਾ ਜੇ ਸੁੱਟ ਥੱਲੇ ਲੈ। ਐ ਹੀ ਜ਼ੁਬੈਰ ਫੜ ਲਿਆ ਤਾ ਜਾਮ ਨੂੰ। ਛੋਟੇ ਗੁੱਛੇ ਦੇ ਥੰਬਨੇਲ ਬਣਾਈਏ। ਨਹੀਂ ਜਾਮਨ ਜਿਹੜੇ ਥੱਲੇ ਵੀ ਬੜੇ ਨੇ ਕਿਰੇ ਦੇ, ਇਹ ਵੇਖੋ ਸਾਡੇ ਜਾਮਨੂੰ ਤੇ ਜਾਨਵਰ ਹੀ ਖਾ ਜਾਂਦੇ ਨੇ ਸਾਰੇ। ਹਾਨੀਆਂ ਬੇਟਾ, ਹਾਨੀਆਂ ਬੇਟਾ ਲੱਗੇ ਨੇ ਜਾਮਨੂੰ ਖੱਟ ਗਿੱਟੇ ਖਾ ਲਈਏ ਜਾਮਨੂੰ ਦੀ। ਤੇ ਜਾਮਨੂੰ ਵਗੈਰਾ ਖਾ ਕੇ ਹੁਣ ਕਰ ਲਈਏ ਵੱਟਾਂ ਵੁੱਟਾਂ ਦੀ ਸਫਾਈ, ਤੇ ਵੱਟਾਂ ਸਫਾਈ ਕਰਕੇ ਫਿਰ ਮੰਜੀ ਵੀ ਲਾਉਣੀ ਹੈ। ਤੇ ਇਹ ਵੇਖੋ ਸਾਡੀ ਸਾਰੀ ਪਹਿਲੀ ਵਾਲੀ ਮੰਜੀ ਲਾਉਣ ਵਾਲੀ ਰਹਿੰਦੀ ਪਈ ਹੈ। ਤੇ ਇੱਧਰ ਅਲੀ ਜ਼ਹਿਰ ਅਤੇ ਉਹਦਾ ਅਬੂ ਲੱਗੇ ਨੇ ਇੱਕ ਵੱਟ ਨੂੰ। ਅਤੇ ਵੱਟਾਂ ਦੇ ਨਾਲ ਜਿਹੜਾ ਘਾਹ ਹੈ ਵੱਟਾਂ ਤੋਂ ਪਹਿਲਾਂ ਸਾਫ਼ ਈਜ਼ੀ ਹੋ ਜਾਂਦਾ, ਫਿਰ ਬਾਅਦ ਵਿੱਚ ਕਈ ਜਿਹੜੀ ਹੈ ਮਿੱਟੀ ਛੱਡਦੀ ਨਹੀਂ, ਇਸ ਵਾਸਤੇ ਸਫਾਈ ਪਹਿਲਾਂ ਕਰ ਲੈਂਦੇ। ਪਨੀਰੀ ਸਾਡੀ ਮਾਸ਼ਾਅੱਲਾ ਲਾਉਣ ਵਾਲੀ ਹੋ ਗਈ ਹੈ। ਅਤੇ ਇਹ ਪਾਣੀ ਵੀ ਪਨੀਰੀ ਨੂੰ ਲਾ ਲਿਆ, ਅੱਜ ਨਾਲ ਲੱਗੇ ਸਾਡੇ ਦੂਸਰੀ ਸਾਈਡ 'ਤੇ ਲੋਕਾਂ ਨੇ ਮੁੰਜੀਆਂ ਜਿਹੜੀਆਂ ਨੇ ਲਾਛੜੀਆਂ ਨੇ ਸਾਡੇ ਦੂਸਰੇ ਜਿਹੜੇ ਹਮਸਾਏ ਨੇ ਨਾਲ ਵਾਲੇ, ਉਹਨਾਂ ਦੇ ਸਾਰੀ ਤਕਰੀਬਨ 09 ਮੁੰਜੀ ਲੱਗ ਗਏ। ਲੇਕਿਨ ਬਾਰਿਸ਼ਾਂ ਨਾ ਹੋਣ ਦੀ ਵਜ੍ਹਾ ਨਾਲ ਹਾਲੇ ਜਿਹੜਾ ਤੁਹਾਨੂੰ ਪਤਾ ਡੀਜ਼ਲ ਵੀ ਬੜਾ ਮਹਿੰਗਾ ਅਤੇ ਬਿਜਲੀ ਬਹੁਤ ਜ਼ਿਆਦਾ ਮਹਿੰਗੀ ਹੈ, ਇਸ ਵਾਸਤੇ ਜਿਹੜਾ ਨਾ ਹਾਲੇ ਕਿਸੇ ਦਾ ਵੀ ਦਿਲ ਨਹੀਂ ਕਰਦਾ ਵਾ। ਲੇਕਿਨ ਇਹ ਜਿਹੜੀ ਹੈ ਸਾਡੇ ਕੋਲ ਹੈ ਲੱਗ ਗਏ 09 ਤਕਰੀਬਨ 5-6 ਕਿੱਲੇ। ਅਤੇ ਪਾਣੀ ਵੀ ਲਾ ਰਹੇ ਨੇ ਰੋਜ਼ ਰੋਜ਼ਾਨਾ ਡੇਲੀ। ਅਤੇ ਹੁਣ ਸਾਡੇ ਵਲੋਗ ਦਾ ਹੋ ਗਿਆ ਐਂਡ, ਅਗਲੀ ਵੀਡੀਓ ਤੱਕ ਸਾਨੂੰ ਇਜਾਜ਼ਤ ਦਿਓ। ਆਪਣਾ ਬੜਾ ਖਿਆਲ ਰੱਖਿਓ, ਬਹੁਤ ਸਾਰਾ ਖਿਆਲ ਰੱਖਿਓ ਅਤੇ ਸਾਨੂੰ ਦੁਆਵਾਂ 'ਚ ਯਾਦ ਰੱਖਿਓ।